ਸਾਡੇ ਨਾਲ ਅੱਜ ਪੰਜਾਬੀ ਸਿੰਗਰ ਰਾਣਾ ਮਾਨ ਜੀ ਜੁੜੇ ਨੇ ਜੋ ਕਿ ਇਸ ਅੰਦੋਲਨ ਦੇ ਵਿੱਚ ਬੈਠੇ ਨੇ। ਉਹਨਾਂ ਦੇ ਪਿੰਡੋਂ ਜੱਥਾ ਲੈ ਕੇ ਵੀ ਆਏ ਨੇ ਆਪਣੇ ਨਾਲ। ਉਹ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੂਰੀ ਵੀ ਕਿਸਾਨੀ ਮੋਰਚੇ ਦੇ ਉੱਤੇ ਉਹਨਾਂ ਦੇ ਆਪਣੇ ਕੁਝ ਸੌਂਗ ਵੀ ਨੇ, ਉਹਦਾ ਵੀ ਅਸੀਂ 27 ਅੰਤਰਾ ਸੁਣਾਂਗੇ ਉਹਨਾਂ ਤੋਂ। ਅਤੇ ਪਹਿਲਾਂ ਆਪਾਂ ਉਹਨੂੰ ਜੀ ਆਇਆਂ ਆਖਦੇ ਹਾਂ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਮੈਂ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਜਿੰਨੇ ਕਦਮ ਚੱਲ ਕੇ ਆਏ ਸਾਡੇ ਸਿਰ ਮੱਥੇ ਜੀ। ਔਰ ਮੈਂ ਸਿੰਗਰ ਰਾਣਾ ਮਾਨ, ਮੇਰਾ ਪਿੰਡ ਝੁਰੜ ਖੇੜਾ, ਤਹਿਸੀਲ ਹਬੋਰ, ਡਿਸਟ੍ਰਿਕਟ ਫਾਜ਼ਿਲਕਾ। ਅਤੇ ਵੀਰ ਜੀ, ਹੁਣ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਸੇਵਾ ਨਿਭਾ ਰਹੇ ਹੋ ਅੰਦੋਲਨ ਦੇ ਵਿੱਚ? ਜਦੋਂ ਤੋਂ ਲੈ ਕੇ ਪੰਜਾਬ ਤੋਂ ਅੰਦੋਲਨ ਸ਼ੁਰੂ ਹੋਇਆ ਜੀ ਸਾਡਾ, ਮਤਲਬ ਉਸ ਤੋਂ ਬਾਅਦ ਅਸੀਂ ਲਗਾਤਾਰ ਅੰਦੋਲਨ ਦੇ ਵਿੱਚ, ਜਿੱਦਣ ਤੋਂ ਅਸੀਂ ਇੱਥੇ ਆਏ ਹਾਂ ਜੀ, ਲਗਾਤਾਰ ਵੀ ਇੱਕ ਮਹੀਨੇ ਤੋਂ ਉੱਤੇ ਹੀ ਹੋ ਗਿਆ ਜੀ ਆਲਰੇਡੀ ਮੇਰੇ ਪਿੰਡ ਤੋਂ। ਕਿਉਂਕਿ ਥੋੜ੍ਹਾ ਜਿਹਾ ਮੇਰੇ ਪਿੰਡ ਦੇ ਵਿੱਚੋਂ ਸਾਡਾ ਥੋੜ੍ਹਾ ਜਿਹਾ ਬੈਕਵਰਡ ਏਰੀਆ, ਜਾਗਰੂਕਤਾ ਘੱਟ ਸੀ। ਔਰ ਜਿੱਦਾਂ ਹੀ ਮੈਨੂੰ ਲੱਗਿਆ ਵੀ ਸਾਡੇ ਕਿਸਾਨਾਂ 'ਤੇ ਇਹ ਸੰਕਟ ਆਇਆ ਔਰ ਸਾਨੂੰ ਇਸ ਸੰਕਟ ਦੇ ਵਿੱਚ ਆਪਣੇ ਭਰਾਵਾਂ ਦਾ ਸਾਥ ਦੇਣਾ ਚਾਹੀਦਾ, ਮੈਂ ਆਪਣੇ ਪਿੰਡ ਜਾ ਕੇ ਗੁਰਦੁਆਰੇ ਦੇ ਵਿੱਚ ਅਨਾਊਂਸਮੈਂਟ ਕਰਾਈ ਔਰ ਸੰਗਤਾਂ ਨੂੰ ਇਕੱਠੇ ਕੀਤਾ ਜੀ, ਉਹਨਾਂ ਨਾਲ ਮੀਟਿੰਗ ਕੀਤੀ ਜੀ, ਅਤੇ ਸੰਗਤਾਂ ਦਾ ਇੱਕ ਬਹੁਤ ਵਿਸ਼ਾਲ ਭਾਰੀ ਇਕੱਠ ਹੋ ਗਿਆ ਜੀ। ਹੁਣ ਆਲਰੇਡੀ ਸਾਡਾ ਜੱਥਾ ਸਾਡੇ ਪਿੰਡ ਝੁਰੜ ਖੇੜੇ ਤੋਂ ਜੀ, ਮਤਲਬ ਇਹ ਸਾਡਾ 6ਵਾਂ ਜੱਥਾ ਜਿਹੜਾ ਹੈ ਕੱਲ੍ਹ ਨੂੰ ਆ ਜਾਏਗਾ, ਸ਼ਨੀਵਾਰ ਨੂੰ। ਮਤਲਬ ਸਾਡਾ ਇੱਕ ਜੱਥਾ 10 ਦਿਨ ਲਾਉਂਦਾ ਜੀ, 15-20 ਜਾਣੇ ਭਰਾ ਆ ਜਾਂਦੇ ਆ ਜੀ ਸੰਗਤਾਂ, ਔਰ ਉਹ 10 ਦਿਨ ਲਾਉਂਦੇ ਆ ਔਰ 10 ਦਿਨਾਂ ਬਾਅਦ ਫਿਰ ਉਹ ਜੱਥਾ ਚਲਾ ਜਾਂਦਾ, ਦੂਜਾ ਆ ਜਾਂਦਾ ਜੀ। ਅਤੇ ਇੱਦਾਂ ਸ਼ੁਰੂ ਹੋਏ ਜੀ, ਇੱਦਾਂ ਸ਼ੁਰੂ ਹੋਏ। ਅਤੇ ਹੁਣ ਤੁਸੀਂ ਇਸ ਟਾਈਮ ਜਦ ਅੰਦੋਲਨ ਸ਼ੁਰੂ ਹੋਇਆ ਉਸ ਟਾਈਮ ਬਾਹਰ ਸੀ ਤਾਂ ਉਰੇ ਸੀ? ਨਹੀਂ ਜੀ, ਮੈਂ ਲੋਕਡਾਊਨ ਤੋਂ ਪਹਿਲਾਂ ਆ ਗਿਆ ਸੀ। ਮੈਂ ਐਕਚੁਅਲੀ ਨਾ, ਮੇਰੇ ਪਾਪਾ ਜੀ ਬਿਮਾਰ ਨੇ, ਉਹ ਇੰਡੀਆ ਦੇ ਵਿੱਚ ਨੇ, ਉਹਨਾਂ ਨੂੰ ਦਰੰਗ ਦਾ ਅਟੈਕ ਹੋ ਗਿਆ ਸੀ ਅਤੇ ਮੈਨੂੰ ਵਾਪਸੀ ਆਉਣਾ ਪਿਆ। ਮੈਂ ਲੋਕਡਾਊਨ ਤੋਂ ਪਹਿਲਾਂ ਵਾਪਸੀ ਆ ਗਿਆ ਸੀ, ਮੇਰੇ ਕੋਲ ਸ਼ੋਅ ਵਗੈਰਾ ਸੀ ਇੰਗਲੈਂਡ ਦੇ, ਯੂਰਪ ਦੇ, ਅਤੇ ਉਹ ਫਿਰ ਲੋਕਡਾਊਨ ਦੇ ਵਿੱਚ ਸਭ ਕੁਝ ਖਤਮ ਹੋ ਗਿਆ ਜੀ, ਕੁਛ ਨਹੀਂ ਕਰ ਸਕੇ। ਹੁਣ ਜਨਵਰੀ ਫਰਵਰੀ 'ਚ ਅੱਗੇ ਸ਼ੋਅ ਸ਼ੁਰੂ ਹੋਣਗੇ ਜੀ, ਫਿਰ ਵਾਪਸੀ ਜਾਵਾਂਗਾ ਜੀ। ਅਤੇ ਤੁਹਾਡਾ ਕੋਈ ਕਹਿੰਦਾ ਸੁਪਰ ਹਿੱਟ ਸੌਂਗ ਜਿਹੜਾ ਤੁਹਾਨੂੰ ਅਤੇ ਤੁਹਾਡੇ ਨੇੜੇ ਵੀ ਹੋਵੇ ਅਤੇ ਕੋਈ ਕਹਿੰਦਾ ਲੋਕਾਂ ਦੇ ਵਿੱਚ ਮਕਬੂਲ ਵੀ ਹੋਵੇ, ਉਹਦੇ ਕੋਈ 2 ਬੋਲ ਸਾਨੂੰ ਜ਼ਰੂਰ ਸੁਣਾਓ? ਹਾਂਜੀ, ਮੇਰਾ ਮਤਲਬ ਪਹਿਲਾਂ ਮਾਰਕੀਟ ਦੇ ਵਿੱਚ ਸੌਂਗ ਆਇਆ ਸੀ ਜੀ, ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਪੰਜਾਬ ਤੋਂ, ਤਾਂ ਉਹਦੇ ਵਿੱਚ ਕਿਸਾਨ ਦੇ ਹਾਲਾਤ ਸੀ ਵੀ ਸਾਡੇ ਕਿਸਾਨ ਦੇ ਹਾਲਾਤ ਕੀ ਨੇ, ਅਤੇ ਉਹ ਸੀ। ਹੁਣ ਮੇਰਾ ਜਿਹੜਾ ਦਿੱਲੀ ਨੂੰ ਸੌਂਗ ਡੈਲੀਗੇਟ ਕੀਤਾ ਗਿਆ, ਜਿਹੜਾ ਤੁਸੀਂ ਕਹਿੰਦੇ ਹੋ ਜੀ, ਮੈਂ ਤੁਹਾਨੂੰ ਉਹ ਸੁਣਾ ਦਿੰਦਾ ਜੀ। ਤੁਸੀਂ ਜਿਹੜਾ ਹੁਣ ਨਵਾਂ ਲਿਖਿਆ ਉਹਦੇ ਸਾਨੂੰ 27 ਲਾਈਨਾਂ ਜ਼ਰੂਰ ਹੋਵੇ। ਇਹ ਕੱਲਾ ਹੀ ਵਾਧੂ ਸੀ ਹੁਣ ਸੰਗ ਰਲੇ ਮਾਸੀ ਦੇ ਬੇਟੇ, ਹਰਿਆਣੇ ਵਾਲੇ ਸਾਡੇ ਮਾਸੀ ਦੇ ਬੇਟੇ ਨੇ। ਇਹ ਕੱਲਾ ਹੀ ਵਾਧੂ ਸੀ ਹੁਣ ਸੰਗ ਰਲੇ ਮਾਸੀ ਦੇ ਬੇਟੇ, ਇਕੱਠ ਵੇਖ ਕਿਸਾਨਾਂ ਦਾ ਅੱਖਾਂ ਭਰ ਭਰ ਵਹਿੰਦੇ ਨੇ, ਤੇ ਸਿਆਸਤੀ ਪੁਰਦੇ ਜਾਂਦੇ ਨੇ ਮਿੱਤਰੋ ਜਿਵੇਂ ਭੁਰੇ ਇੱਟ ਪਿੱਲੀ, ਧਾਵਾ ਬੋਲਿਆ ਜੱਟਾਂ ਨੇ ਘੇਰੀ ਚਾਰਚ ਫੇਰਿਓ ਦਿੱਲੀ, ਧਾਵਾ ਬੋਲਿਆ ਜੱਟਾਂ ਨੇ ਘੇਰੀ ਚਾਰਚ ਫੇਰਿਓ ਦਿੱਲੀ। ਕਿਆ ਬਾਤ ਆ ਜੀ, ਬੜਾ ਅੱਛਾ ਸੌਂਗ ਆ। ਅਤੇ ਇਹ ਤੋਂ ਇਲਾਵਾ ਕੋਈ ਹੋਰ ਸੌਂਗ ਤੁਸੀਂ ਜਿਹੜਾ ਕਹਿੰਦੇ ਸੀ ਵੀ ਲੋਕਡਾਊਨ ਦੇ ਵਿੱਚ ਲਿਖਿਆ, ਉਹਦਾ ਵੀ ਸਾਨੂੰ 27 ਅੰਤਰਾ ਜ਼ਰੂਰ ਸੁਣਾਓ ਤੁਸੀਂ? ਠੀਕ ਹੈ ਜੀ। ਮਿੱਟੀ ਦੇ ਨਾਲ ਮਿੱਟੀ ਹੁੰਦਾ ਓਏ ਕਿਸਾਨ ਵਿਚਾਰਾ, ਖਰਚੇ ਕਰਕੇ ਮੰਡੀਆਂ ਦੇ ਵਿੱਚ ਓਏ ਫਿਰਦਾ ਮਾਰਾ ਮਾਰਾ, ਖੂਹ ਦੀ ਮਿੱਟੀ ਖੂਹ ਨੂੰ ਕਾਹਦੀ ਹਾੜੀ ਸੌਣੀਆਂ, ਫਿਕਰਾਂ ਨੇ ਮਾਰ ਲਿਆ ਜੱਟ ਨੂੰ ਮੌਤ ਖੋਰੇ ਕਿਹੜੀ ਆਉਣੀ ਆ, ਫਿਕਰਾਂ ਨੇ ਮਾਰ ਲਿਆ ਜੱਟ ਨੂੰ ਮੌਤ ਖੋਰੇ ਕਿਹੜੀ ਆਉਣੀ ਆ। ਕਿਆ ਬਾਤ ਆ, ਬਹੁਤ ਅੱਛੀ ਆਵਾਜ਼ ਆ ਤੁਹਾਡੀ। ਅਤੇ ਅਸੀਂ ਤੁਹਾਡੇ ਨਾਲ 1-2 ਗੱਲਾਂ ਜਿਹੜੀਆਂ ਕਿਸਾਨੀ ਬਿੱਲ 'ਤੇ ਬਾਕੀ ਜਿਹੜਾ ਅੱਜ ਦਾ ਨਵਾਂ ਸਾਲ ਆ ਅਤੇ ਉਹਦੇ ਬਾਰੇ ਕਰਨਾ ਚਾਹੁੰਦੇ ਹਾਂ, ਕਿਉਂਕਿ ਅੱਜ ਦਾ ਨਵਾਂ ਸਾਲ ਜਿਹੜਾ ਮਨਾ ਰਹੇ ਹਾਂ, ਕਿਉਂਕਿ ਅਸੀਂ ਦੇਖ ਰਹੇ ਹਾਂ ਠਿਕਰੀ ਬਾਰਡਰ 'ਤੇ ਅਸੀਂ ਅੱਜ ਪਹਿਲੀ ਵਾਰ ਆਏ ਹਾਂ ਅਤੇ ਇਕੱਠ ਅੱਜ ਕਾਫੀ ਆ, ਅਤੇ ਪਹਿਲਾਂ ਅਸੀਂ ਆਏ ਸੀ 15-20 ਦਿਨ ਪਹਿਲਾਂ, ਉਦਣ ਇਕੱਠ ਘੱਟ ਸੀ। ਵੀ ਇਹ ਜਿਹੜਾ ਮੈਸੇਜ ਲਾਇਆ ਗਿਆ ਸੀ ਕਿਸਾਨਾਂ ਵੱਲੋਂ, ਉਹਦਾ ਕਿਤੇ ਨਾ ਕਿਤੇ ਸੰਗਤਾਂ ਨੇ ਕਬੂਲ ਕੀਤਾ ਮੈਸੇਜ? ਹਾਂਜੀ ਹਾਂਜੀ, ਬਿਲਕੁਲ ਜੀ। ਵੇਖੋ, ਬਾਣੀ ਦੇ ਵਿੱਚ ਲਿਖਿਆ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਇਹ ਜੋ ਵੀ ਇਕੱਠ ਹੋ ਰਿਹਾ, ਜੋ ਵੀ ਅੰਦੋਲਨ ਹੋ ਰਿਹਾ ਜੀ, ਜੋ ਵੀ ਐਡਾ ਵੱਡਾ ਤੁਸੀਂ ਵੇਖੋ, ਐਡਾ ਵੱਡਾ ਇਕੱਠ ਕਰਨਾ ਔਰ ਉਹਨੂੰ ਸੰਭਾਲਣਾ ਕਿਸੇ ਇਨਸਾਨ ਦੇ ਵੱਸ ਦਾ ਕੰਮ ਨਹੀਂ। ਇਹ ਜੋ ਹੋ ਰਿਹਾ ਜੀ, ਕਾਲ ਪੁਰਖ ਦੀ ਮਰਜ਼ੀ ਨਾਲ ਹੋ ਰਿਹਾ ਜੀ, ਉਹਦੇ ਹੁਕਮ ਨਾਲ ਹੋ ਰਿਹਾ ਜੀ। ਔਰ ਜੋ ਸਾਡੇ ਜਥੇਦਾਰ ਨੇ ਜੀ, ਜੋ ਸਾਡੇ ਕਿਸਾਨ ਆਗੂ ਨੇ ਜੀ, ਅਸੀਂ ਜਥੇਦਾਰ ਕਹਿ ਦਿੰਦੇ ਹਾਂ, ਜੋ ਸਾਡੇ ਕਿਸਾਨ ਆਗੂ ਨੇ ਜੀ, ਜੋ ਹੁਕਮ ਉਹਨਾਂ ਵੱਲੋਂ ਸਾਨੂੰ ਆ ਰਿਹਾ, ਉਹ ਕਾਲ ਪੁਰਖ ਦਾ ਹੁਕਮ ਆ ਰਿਹਾ ਜੀ, ਕਿਉਂਕਿ ਅਕਾਲ ਪੁਰਖ ਉਹਨਾਂ ਵਿੱਚ ਵੱਸ ਕੇ ਆਤਮਾ ਅੰਦਰ ਪਰਮਾਤਮਾ, ਅਤੇ ਸਾਨੂੰ ਹੁਕਮ ਆ ਰਿਹਾ ਜੀ, ਔਰ ਅਸੀਂ ਉਹਨਾਂ ਦਾ ਹੁਕਮ ਮੰਨ ਕੇ ਜਿੱਦਾਂ ਸਾਡੀਆਂ ਜਥੇਬੰਦੀਆਂ ਸਾਨੂੰ ਕਹਿਣਗੀਆਂ, ਅਸੀਂ ਉੱਦਾਂ ਹੀ ਉਹਨਾਂ ਦੇ ਮੁਤਾਬਕ ਆਪਣੇ ਸੰਘਰਸ਼ ਨੂੰ ਜਾਰੀ ਰੱਖਾਂਗੇ।
ਤੇ ਉਸੇ ਤਰ੍ਹਾਂ ਹੀ ਉਹਨਾਂ ਦੇ ਹੁਕਮ ਮੁਤਾਬਕ ਸਾਰੀ ਕਾਰਵਾਈ ਚੱਲਦੀ ਰਹੇਗੀ। ਸਰਕਾਰਾਂ ਨੂੰ ਕੀ ਮੈਸੇਜ ਹੈ ਤੁਹਾਡਾ? ਸਰਕਾਰਾਂ ਨੂੰ ਇਹ ਮੈਸੇਜ ਹੈ ਜੀ, ਵੇਖੋ ਇਹ ਕਿਸਾਨੀ ਜਿਹੜਾ ਮੁੱਦਾ ਸੀ, ਬਹੁਤ ਟਾਈਮ ਤੋਂ ਕਿਸਾਨ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਜੀ, ਕਿਉਂਕਿ ਕਿਸਾਨ ਦੇ ਹੁਣ ਵੇਖੋ ਜੀ, ਮੈਂ ਮੇਰੀ ਖੇਤੀ ਹੈ ਕਿੰਨੂ ਦੀ, ਔਰੇਂਜ ਦੀ ਖੇਤੀ ਹੈ, ਸਾਡਾ ਕੋਟਨ ਬੈਲਟ ਹੈ ਸਾਡੀ, ਜਿਹਨੂੰ ਨਰਮਾ ਕਹਿ ਦਿੰਦੇ ਹਾਂ, ਔਰ ਕਿੰਨੂ ਦੀ ਖੇਤੀ ਹੈ ਜੀ ਸਾਡੀ। ਇਸ ਟਾਈਮ 5 ਰੁਪਈਏ ਕਿਲੋ ਸਾਡਾ ਕਿੰਨੂ ਵਿਕ ਰਿਹਾ ਹੈ ਜੀ, ਔਰ ਤੁਸੀਂ ਵੇਖੋ ਸਰ 5 ਰੁਪਈਏ ਕਿੰਨੂ ਵੇਚ ਕੇ ਉਹਦੀ ਰੇਹੇ ਸਪਰੇ ਵਹਾਈ ਜੁਤਾਈ ਉਹਦਾ ਖਰਚਾ ਕਿੱਥੋਂ ਪੂਰਾ ਕਰਾਂਗੇ ਅਸੀਂ? 3-4 ਰੁਪਈਏ ਤਾਂ ਸਰ ਉਹਦਾ, 5 ਰੁਪਈਏ ਤਾਂ ਖਰਚਾ ਹੀ ਆ ਜਾਂਦਾ। ਅਤੇ ਤੁਸੀਂ ਦੇਖੋ ਵੀ ਸਾਡੀ ਕਿੰਨੂ ਦੀ ਫਸਲ ਐਤਕੀ ਚੰਗੀ ਆ, ਫਸਲ ਚੰਗੀ ਹੈ ਤਾਂ ਉਹਦਾ ਭਾਅ ਨਹੀਂ ਹੈਗਾ ਜੀ। ਸੋ ਕਿਸਾਨਾਂ ਜਿਹੜੇ ਇਹ ਮਤਲਬ ਸਰਕਾਰ ਨੇ ਲੋਕ ਮਾਰੂ ਬਿੱਲ, ਜਿਹੜੇ ਸਾਡੀਆਂ ਦੂਸਰੀਆਂ ਫਸਲਾਂ ਨੇ ਜਿਹਨਾਂ ਦੀ MSP ਸਾਨੂੰ, ਚਲੋ MSP ਨਾਲ ਕੋਈ ਸਾਨੂੰ, ਵੇਖੋ ਹੁਣ ਤੁਸੀਂ ਪੈਟਰੋਲ ਡੀਜ਼ਲ ਹੈ ਉਹਦਾ ਰੇਟ ਕਿੱਥੇ ਚਲਾ ਗਿਆ? ਸਰ ਮੈਂ 2000 ਮੈਂ ਖੁਦ ਖੇਤੀ ਕਰਦਾ ਰਿਹਾ ਔਰ ਮੈਂ ਕਿਸਾਨ ਦਾ ਬੇਟਾ ਹਾਂ, ਹੁਣ ਵੀ ਮੈਂ ਖੇਤੀ ਕਰਦਾ। ਬੇਸ਼ੱਕ ਮੈਂ ਸਿੰਗਰ ਹਾਂ, ਮੈਂ ਬਾਹਰ ਦੇ ਮੁਲਕਾਂ 'ਚ ਸ਼ੋਅ ਕਰਨ ਜਾਂਦਾ, ਲੇਕਿਨ ਮੇਰੀ ਜਿਹੜੀ ਪੁਰਖਾਂ ਦੀ ਧਰਤੀ ਹੈ, ਮੇਰੀ ਜ਼ਮੀਨ ਜਾਇਦਾਦ ਹੈ, ਉਹ ਮੇਰੇ ਪਿੰਡ ਵਿੱਚ ਹੈ। ਤਾਂ ਤੁਸੀਂ ਵੇਖੋ ਜੀ ਕਿਸਾਨ ਦਾ ਇੰਨਾ ਖਰਚਾ ਹੈ। ਮੈਂ 2014 ਦੇ ਵਿੱਚ 7500 ਰੁਪਏ ਨੂੰ ਨਰਮਾ ਵੇਚਿਆ ਸੀ ਅਤੇ ਸਣ ਹੋਰ ਨਰਮੇ ਦਾ ਭਾਅ ਪਤਾ ਕੀ? 4500 ਰੁਪਈਆ। ਤੁਸੀਂ ਦੱਸੋ ਡੀਜ਼ਲ ਸਸਤਾ ਹੋ ਗਿਆ ਜਾਂ ਸਪਰੇ ਸਸਤੀ ਹੋ ਗਈ, ਕੀ ਚੀਜ਼ ਸਸਤੀ ਹੋ ਗਈ ਵੀ ਫਸਲਾਂ ਦੇ ਭਾਅ ਡਾਊਨ ਜਾ ਰਹੇ ਔਰ ਮਹਿੰਗਾਈ ਵੱਧ ਰਹੀ ਹੈ? ਕਿਉਂਕਿ ਸਰਕਾਰਾਂ ਦੀ ਇੱਕ ਨੀਤੀ ਹੈ ਲੋਕ ਮਾਰੂ ਨੀਤੀ, ਕਿਉਂਕਿ ਸਰਕਾਰਾਂ ਦੀ ਇੱਕ ਇਹੋ ਜਿਹੀ ਨੀਤੀ ਵੀ ਜੇ ਕਿਸੇ ਨੂੰ ਅਸੀਂ ਕਮਜ਼ੋਰ ਕਰਨਾ ਜਾਂ ਉਹਨੂੰ ਖਤਮ ਕਰਨਾ, ਉਹਨੂੰ ਆਰਥਿਕ ਤੌਰ 'ਤੇ ਉਹਨੂੰ ਕਮਜ਼ੋਰ ਕਰੋ। ਸਰ ਤੁਸੀਂ ਮੈਨੂੰ ਇਹ ਦੱਸੋ ਜਿਹੜੀ ਨੋਟਬੰਦੀ ਕੀਤੀ ਸੀ ਉਹਦਾ ਸਾਨੂੰ ਅੱਜ ਤੱਕ ਕੀ ਫਾਇਦਾ ਹੋਇਆ? ਸਾਡਾ ਨੁਕਸਾਨ ਹੀ ਹੋਇਆ। ਕਦੀ ਤੁਸੀਂ ਤਗੜਾ ਬੰਦਾ ਲਾਈਨ ਦੇ ਵਿੱਚ ਲੱਗਾ ਵੇਖਿਆ ਸੀ? ਤਗੜਿਆਂ ਦੇ ਘਰੇ ਤਾਂ ਪਹਿਲਾਂ ਨੋਟ ਚਲੇ ਗਏ। ਸਾਡੀ ਸਰਕਾਰ ਨੂੰ ਚੇਤਾਵਨੀ ਹੈ, ਜਿਹੜੇ ਸਾਨੂੰ ਲੋਕ ਮਾਰੂ ਬਿੱਲ ਨਜਾਇਜ਼ ਧੱਕੇ ਨਾਲ ਸਾਡੇ ਉੱਤੇ ਥੋਪੇ ਗਏ ਨੇ, ਇਹਨਾਂ ਨੂੰ ਸਰਕਾਰ ਵਾਪਸ ਲਵੇ ਔਰ ਸਾਨੂੰ ਸਾਡੀ MSP ਯਕੀਨੀ ਬਣਾਈ ਜਾਵੇ ਔਰ ਸਾਡੀਆਂ ਫਸਲਾਂ ਦੇ ਸਾਨੂੰ ਸਹੀ ਭਾਅ ਮਿਲਣ, ਮਹਿੰਗਾਈ 'ਤੇ ਕਾਬੂ ਪੀਤਾ ਪਾਇਆ ਜਾਵੇ। ਨਹੀਂ ਤਾਂ ਅਸੀਂ ਆਪਣਾ ਸੰਘਰਸ਼ ਇਹ ਜਾਰੀ ਰੱਖਾਂਗੇ, ਕਿਉਂਕਿ ਭੁੱਖੇ ਮਰਨ ਨਾਲੋਂ ਲੜ ਕੇ ਮਰਿਆ ਚੰਗਾ। ਜੇ ਅਸੀਂ ਸਾਡੇ ਵੇਖੋ ਜੇ ਅਸੀਂ ਭੁੱਖੇ ਮਰਾਂਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਤੋਂ, ਅੱਜ ਅਸੀਂ ਸੰਘਰਸ਼ ਨਹੀਂ ਕਰਦੇ, ਇਹ ਜੰਗ ਨਹੀਂ ਲੜਦੇ, ਤਾਂ ਆਉਣ ਵਾਲੀਆਂ ਪੀੜ੍ਹੀਆਂ, ਸਾਡੀ ਬੱਚੇ, ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਸਾਡੇ ਕੋਲੋਂ ਜਵਾਬ ਮੰਗਣਗੀਆਂ ਵੀ ਤੁਸੀਂ ਕੀ ਕੀਤਾ ਸੀ ਜਦੋਂ ਇਹ ਸੰਕਟ ਆਇਆ ਸੀ, ਤੁਸੀਂ ਉਹਦਾ ਸਾਹਮਣਾ ਕਿਉਂ ਨਾ ਕੀਤਾ? ਜਿਹੜੇ ਪੰਜਾਬ ਦਾ ਤਾਂ ਸ਼ੁਰੂ ਤੋਂ ਇੱਕ ਰੀਤ ਰਹੀ ਹੈ ਵੀ ਕੋਈ ਵੀ ਜੰਗ ਇਹਨਾਂ ਨੇ ਤਕੜੇ ਹੋ ਕੇ ਲੜੀ ਹੈ ਅਤੇ ਕੋਈ ਜੰਗ ਅੱਜ ਤੱਕ ਹਾਰੀ ਵੀ ਨਹੀਂ। ਵੇਖੋ ਜੀ ਅਸੀਂ ਵੇਖੋ ਉਸ ਬਾਬਲ ਦੇ ਬੇਟੇ ਹਾਂ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸ਼ੁਰੂ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਉਹਨਾਂ ਦੀ ਅਣਸ 10 ਗੁਰੂ, ਤਾਂ ਸਾਡੇ 10 ਗੁਰੂਆਂ ਸਾਹਿਬਾਨਾਂ ਨੇ ਭਲਾਈ ਦਾ ਕੰਮ ਹੀ ਕੀਤਾ, ਆਪਣੀ ਕੁਰਬਾਨੀ ਦਿੱਤੀ ਔਰ ਸੰਗਤਾਂ ਦਾ ਭਲਾ ਮੰਗਿਆ। ਤਾਂ ਗੁਰੂ ਤੇਗ ਬਹਾਦਰ ਜੀ ਨੇ ਵੇਖੋ ਕੌਮ ਵਾਸਤੇ, ਧਰਮ ਬਚਾਉਣ ਵਾਸਤੇ ਆਪਣਾ ਸੀਸ ਕਟਵਾ ਦਿੱਤਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਧਰਮ ਬਚਾਉਣ ਪਿੱਛੇ ਆਪਣਾ ਪਰਿਵਾਰ ਵਾਰ ਦਿੱਤਾ ਅਤੇ ਅਸੀਂ ਉਹਨਾਂ ਦੇ ਬੱਚੇ ਹਾਂ ਜੀ, ਅਸੀਂ ਉਹਨਾਂ ਦੀ ਅਣਸ ਬਣਸਾਂ ਜੀ, ਤਾਂ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਾਂਗੇ। ਔਰ ਸਾਡੀ ਤਾਂ ਇੱਕ ਜਿਹੜੀ ਪਰੰਪਰਾ ਹੈ ਵੀ ਜ਼ੁਲਮ ਦੇ ਖਿਲਾਫ ਲੜਨਾ ਪੰਜਾਬ ਵਾਲਿਆਂ ਦੀ, ਔਰ ਸਾਡੇ ਗੁਰੂ ਨੇ ਸਾਡੇ ਵਿੱਚ ਸਪਿਰਿਟ, ਸਾਡੇ ਵਿੱਚ ਖੂਨ ਇਹੋ ਜਿਹਾ ਜਿਨ੍ਹਾਂ ਦੇ ਅਸੀਂ ਬੱਚੇ ਹਾਂ, ਵੀ ਅਸੀਂ ਜ਼ੁਲਮ ਨੂੰ ਸਹਿ ਨਹੀਂ ਸਕਦੇ, ਕਿਉਂਕਿ ਸਾਹਿਬ ਸ੍ਰੀ ਗੁਰੂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਜ਼ੁਲਮ ਕਰਨ ਵਾਲਾ ਤਾਂ ਪਾਪੀ ਹੈਗਾ ਹੀ ਹੈਗਾ, ਜ਼ੁਲਮ ਸਹਿਣ ਵਾਲਾ ਉਸ ਤੋਂ ਵੱਡਾ ਪਾਪੀ ਹੈ। ਤਾਂ ਅਸੀਂ ਤਾਂ ਉਹ ਕੰਮ ਕਰਨਾ ਨਾ ਜਿਹੜਾ ਸਾਡੇ ਵੱਡਿਆਂ ਨੇ ਕਿਹਾ, ਸਾਡੇ ਮਾਂ ਪਿਓ ਨੇ ਕਿਹਾ, ਸਾਡੇ ਪੁਰਖਾਂ ਨੇ ਕਿਹਾ, ਸਾਡੇ ਗੁਰੂ ਮਹਾਰਾਜ ਨੇ ਕਿਹਾ ਜੀ। ਹੁਣ ਯਕੀਨੀ ਹੋ ਗਿਆ, ਕਹਿੰਦਾ ਬਈ ਧਰਨਾ ਤਾਂ ਜਦੇ ਉੱਠੂ ਜਦ ਬਿੱਲ ਕੈਂਸਲ ਹੋਣਗੇ। ਬਿਲਕੁਲ ਜੀ, ਧਰਨਾ ਉਦੋਂ ਉੱਠੇਗਾ। ਵੇਖੋ ਸਰ ਜੇ ਇਹ ਬਿੱਲ ਕੈਂਸਲ ਨਹੀਂ ਹੁੰਦੇ ਤਾਂ ਸਾਡੇ ਪੰਜਾਬ ਦੇ ਹਾਲਾਤ ਕੀ ਹੋਣਗੇ? ਸਾਡੀ ਜ਼ਮੀਨ ਚਲੀ ਜਾਊਗੀ, ਸਾਡੀ ਧਰਤੀ ਚਲੀ ਜਾਊਗੀ। ਜਦੋਂ ਸਾਡੀ ਜ਼ਮੀਨ, ਸਾਡੀ ਧਰਤੀ ਸਾਡੇ ਕੋਲ ਨਾ ਰਹੀ, ਪੂੰਜੀਪਤੀਆਂ ਦੇ ਹੱਥੀਂ ਆ ਗਈ, ਤਾਂ ਫਿਰ ਸਾਡੇ ਪੱਲੇ ਕੀ ਰਹਿ ਗਿਆ ਜੀ? ਦੱਸੋ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਰੋਟੀ ਕਿੱਥੋਂ ਖਾਣਗੀਆਂ? ਇਹ ਹੁਣ ਆ ਪਿੱਛੇ 2 ਮੰਗਾਂ ਤਾਂ ਉਹਨਾਂ ਨੇ ਮੰਨ ਲਈਆਂ ਉਦੋਂ ਮੀਟਿੰਗ 'ਚ, ਹੁਣ 4 ਤਰੀਕ ਵਾਲੀ ਮੀਟਿੰਗ ਜੀ, ਤੁਹਾਨੂੰ ਕੀ ਆਸ ਲੱਗਦੀ ਹੈ? ਵੇਖੋ ਸਰ, ਉਹ ਜਿਹੜੀਆਂ ਉਹਨਾਂ ਨੇ ਮੰਗਾਂ ਮੰਨੀਆਂ ਨੇ, ਉਹਨਾਂ ਮੰਗਾਂ ਦਾ ਕੋਈ ਤੁੱਕ ਨਹੀਂ ਹੈਗਾ, ਨਾ ਉਹ ਮੰਗਾਂ ਜਿਹੜੇ ਉਹ ਕੋਈ ਜਿਹੜਾ ਕਾਨੂੰਨ ਬਣਾਉਣ ਦੀ ਕੋਈ ਲੋੜ ਹੀ ਸੀ। ਤੁਸੀਂ ਦੇਖੋ ਪਰਾਲੀ ਸਾੜਨ ਦਾ ਹੈ ਜੀ 1 ਕਰੋੜ ਰੁਪਈਆ ਜੁਰਮਾਨਾ। ਤੁਸੀਂ ਦੇਖੋ ਭਾਅ ਜੀ, ਤੁਸੀਂ ਇੱਕ ਸਹੀ ਗੱਲ ਦੱਸ, ਤੁਸੀਂ ਅੱਜ ਤੱਕ 1 ਕਰੋੜ ਰੁਪਈਆ ਵੇਖਿਆ? ਮੈਂ ਤਾਂ ਨਹੀਂ ਵੇਖਿਆ। ਇੱਕ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ 1 ਕਰੋੜ ਰੁਪਈਏ ਦੀ ਉਹਦੀ ਜ਼ਮੀਨ ਨਹੀਂ, 1 ਕਰੋੜ ਰੁਪਈਆ ਜੁਰਮਾਨਾ ਕਿੱਥੋਂ ਭਰੂਗਾ? ਹਾਂਜੀ। ਅਤੇ ਸਰ ਤੁਸੀਂ ਦੇਖੋ, ਫਿਰ ਵੇਖੋ ਅਸੀਂ ਕਹਿੰਦੇ MSP ਅਸੀਂ ਜਾਰੀ ਰੱਖਾਂਗੇ। ਭਾਅ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਹਾਡੇ ਨਾਲ ਮੈਂ ਹੁਣ ਗੱਲ ਕਰ ਰਿਹਾ, ਮੈਂ ਇਸ ਗੱਲ ਤੋਂ ਉੱਥੇ ਜਾ ਕੇ ਮੁੱਕਰ ਜਾਂਦਾ, ਕੀ ਯਕੀਨ ਹੈ? ਜਿਹੜਾ ਮੈਂ ਤੁਹਾਨੂੰ ਲਿਖ ਕੇ ਦੇ ਦਿਆਂ ਉਹ ਤਾਂ ਯਕੀਨ ਹੋ ਗਿਆ, ਮੇਰੇ ਸਹਿਣ ਹੋ ਗਏ।
ਤੇ ਜੇ ਮੈਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਕਾਨੂੰਨ ਬਣਦੇ ਰਹਿੰਦੇ ਨੇ, ਪਰ ਕਾਨੂੰਨ ਉਹ ਪੱਕਾ ਜਿਹੜਾ ਲਿਖਤੀ ਤੌਰ 'ਤੇ ਮਨਜ਼ੂਰ ਸ਼ੁਦਾ ਹੋ ਜਾਵੇ। ਜੇ ਹੁਣ ਮੈਂ ਮੂੰਹੋਂ ਕਹਿਤਾ MSP ਜਾਰੀ ਰੱਖੂਗੀ, ਕੀ ਯਕੀਨ ਹੈ ਤੁਸੀਂ ਕੱਲ੍ਹ ਨੂੰ ਮੁੱਕਰ ਜਾਵੋ? ਫਿਰ ਅਸੀਂ ਤੁਹਾਡਾ ਕੀ ਕਰ ਲਾਂਗੇ? ਇੰਨੀ ਇੰਨੇ ਇਹਨਾਂ ਨੂੰ ਇੰਨੇ ਭਰਾ ਫਿਰ ਅਸੀਂ ਕਿਵੇਂ ਲਿਆਵਾਂਗੇ ਤੁਹਾਡੇ ਬੂਹੇ 'ਤੇ? ਸਰਕਾਰ ਦਾ ਕਹਿੰਦਾ ਜਿਹੜਾ ਮੇਨ ਮੁੱਦਾ ਹੈਗਾ ਵੀ ਇੱਕ ਵਾਰ ਇਹਨਾਂ ਨੂੰ ਕਿਸੇ ਲਾਰੇ 'ਚ ਲਾ ਕੇ ਅਤੇ ਇੱਕ ਵਾਰ ਧਰਨਾ ਹਟਾ ਦਿੱਤਾ ਜਾਵੇ, ਵੀ ਦੁਬਾਰਾ ਇਕੱਠਾ ਕਰਨਾ ਬੜਾ ਔਖਾ ਹੋ ਜਾਂਦਾ ਧਰਨਾ। ਬਿਲਕੁਲ ਜੀ, ਇਹ ਝੂਠੀਆਂ ਸਰਕਾਰਾਂ ਨੇ ਜੀ, ਝੂਠੇ ਲਾਰੇ ਲਾਉਂਦੀਆਂ ਜੀ। ਜਿੰਨਾ ਚਿਰ ਸਾਨੂੰ ਲਿਖ ਕੇ ਨਾ ਦੇਣ, ਉਹਨਾਂ ਚਿਰ ਅਸੀਂ ਇਹਨਾਂ 'ਤੇ ਯਕੀਨ ਨਹੀਂ ਕਰਾਂਗੇ ਜੀ। ਅਸੀਂ ਉਹਨਾਂ ਚਿਰ ਘਰੇ ਨਹੀਂ ਜਾਵਾਂਗੇ। ਅੱਗੇ ਜੋ ਸਾਡੇ ਕਿਸਾਨ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੇ ਸਾਡੇ, ਅਸੀਂ ਜੋ ਉਹਨਾਂ ਦਾ ਹੁਕਮ ਹੋਵੇਗਾ ਉੱਦਾਂ ਕਰਾਂਗੇ, ਪਰ ਅਸੀਂ ਇਹ ਜੰਗ ਜਿੱਤ ਕੇ ਉੱਠਾਂਗੇ। ਇੱਦਾਂ ਅਸੀਂ ਘਰੇ ਜਾਣ ਵਾਲੇ ਨਹੀਂ, ਕਿਉਂਕਿ ਸਾਥੋਂ ਰੋਜ਼ ਨਹੀਂ ਆਇਆ ਜਾਣਾ, ਭੁੱਖੇ ਮਰਨ ਨਾਲੋਂ ਅਸੀਂ ਲੜ ਕੇ ਮਰਾਂਗੇ। ਲਓ ਜੀ, ਇਹ ਸੀ ਸਾਡੇ ਨਾਲ ਪੰਜਾਬੀ ਸਿੰਗਰ, ਜੋ ਕਿ ਜਿਨ੍ਹਾਂ ਨੇ ਕਿਹਾ ਵੀ ਭੁੱਖੇ ਮਰਨ ਨਾਲੋਂ ਲੜ ਕੇ ਮਰਨਾ ਚੰਗਾ, ਕਿਉਂਕਿ ਹੁਣ ਜਿਹੜਾ ਹੈਗਾ ਕਿਸਾਨੀ ਅੰਦੋਲਨ ਜਿਹੜਾ ਬਹੁਤ ਸਿਖਰਾਂ 'ਤੇ ਪਹੁੰਚ ਚੁੱਕਾ, ਕਿਉਂਕਿ ਹੁਣ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ, 1 ਮਹੀਨਾ 10 ਦਿਨ ਹੋ ਗਏ ਨੇ ਕਿਸਾਨੀ ਅੰਦੋਲਨ ਚੱਲਦੇ ਨੂੰ, ਅਤੇ ਜਿਹੜਾ ਬਾਰਡਰਾਂ ਦੇ ਉੱਤੇ ਚੱਲਦਾ ਪਿਆ, ਅਤੇ 1 27 ਅੰਤਰਾ ਅਸੀਂ ਕਹਾਂਗੇ ਵੀ ਦਿੱਲੀ ਦੇ ਉੱਤੇ ਜਿਹੜਾ ਇਹਨਾਂ ਨੇ ਸੌਂਗ ਲਿਖਿਆ 1 27 ਅੰਤਰਾ, ਉਹ ਸੁਣ ਕੇ ਅਸੀਂ ਸਮਾਪਤ ਕਰਦੇ ਹਾਂ। ਸੁਣ ਦਿੱਲੀਏ ਨੀ ਗੱਲ ਸਮਝਾ ਦੀਏ, ਅਸੀਂ ਤੇਰੇ ਨੀ ਖਾਨੇ ਦੇ ਵਿੱਚ ਪਾ ਦੀਏ, ਸਾਡਾ ਵੇਖਿਆ ਤੂੰ ਅੱਜ ਤੱਕ ਪਿਆਰ, ਦਿੱਲੀਏ ਨੀ ਹੱਕ ਲੈ ਬਿਨਾ, ਉਹ ਮੁੜਦੇ ਨੀ ਸਿੰਘ ਸਰਦਾਰ, ਦਿੱਲੀਏ ਹੱਕ ਲੈ ਬਿਨਾ, ਉਹ ਮੁੜਦੇ ਨੀ ਸਿੰਘ ਸਰਦਾਰ, ਦਿੱਲੀਏ ਹੱਕ ਲੈ ਬਿਨਾ, ਜਿਹੜੇ ਕੀਤੇ ਆ ਕਾਨੂੰਨ ਕਾਲੇ ਪਾਸ ਨੀ, ਕਦੇ ਆਉਣ ਨੀ ਉਹ ਦਿਨ ਤੇਰੇ ਰਾਸ ਨੀ, ਜਿਹੜੇ ਕੀਤੇ ਆ ਕਾਨੂੰਨ ਕਾਲੇ ਪਾਸ ਨੀ, ਤੇਰੇ ਆਉਣ ਨੀ ਉਹ ਦਿਨ ਅਸੀਂ ਰਾਸ ਨੀ, ਆ ਗਏ ਭਰ ਕੇ ਟਰਾਲੀਆਂ ਲੈਕਾਰ, ਦਿੱਲੀਏ ਹੱਕ ਲੈ ਬਿਨਾ, ਉਹ ਮੁੜਦੇ ਨੀ ਸਿੰਘ ਸਰਦਾਰ, ਦਿੱਲੀਏ ਹੱਕ ਲੈ ਬਿਨਾ, ਮੁੜਦੇ ਨੀ ਸਿੰਘ ਸਰਦਾਰ, ਦਿੱਲੀਏ ਹੱਕ ਲੈ ਬਿਨਾ। ਸੋ ਇੰਨੀ ਮੇਰੀ ਬੇਨਤੀ ਹੈ ਜੀ, ਅਤੇ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ। ਸਾਰੇ ਭਰਾਵਾਂ ਨੂੰ ਬੇਨਤੀ, ਸਿੰਗਰ ਭਰਾਵਾਂ ਨੂੰ ਵੀ ਬੇਨਤੀ ਵੀ ਤੁਸੀਂ ਅੰਦੋਲਨ ਦੇ ਵਿੱਚ ਆਓ, ਕਿਸਾਨ ਭਰਾਵਾਂ ਦਾ ਸਾਥ ਦਿਓ ਔਰ ਅਸੀਂ ਰਲ ਕੇ ਸਾਰੇ ਜੰਗ ਜਿੱਤੀਏ ਜੀ। ਕਿਸਾਨ ਮਜ਼ਦੂਰ ਏਕਤਾ, ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ, ਜਿੰਦਾਬਾਦ। ਮੋਦੀ ਸਰਕਾਰ, ਮੁਰਦਾਬਾਦ। ਮੋਦੀ ਸਰਕਾਰ, ਮੁਰਦਾਬਾਦ। ਕਿਸਾਨ ਏਕਤਾ, ਜਿੰਦਾਬਾਦ। ਕਿਸਾਨ ਏਕਤਾ, ਜਿੰਦਾਬਾਦ। ਬੋਲੇ ਸੋਨਾ।